ਮਾਮੀ ਸਾਹਿਬ ਸਟੂਡੀਓ ਵਿੱਚ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਲਈ ਸਮਾਂ ਕੱਢਿਆ ਸਭ ਤੋਂ ਪਹਿਲਾਂ ਪ੍ਰਸ਼ਨ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਕਿ ਤੁਸੀਂ ਪੰਜਾਬੀ ਸਾਹਿਤ ਦੇ ਸਿਰਕੱਢ ਲੇਖਕ ਹੋ ਅਤੇ ਪੰਜਾਬੀ ਸਾਹਿਤ ਦੇ ਕੋਈ ਅਜਿਹਾ ਰੂਪ ਨਹੀਂ ਜਿਹਦੇ ਵਿੱਚ ਤੁਸੀਂ ਕਲਮ ਅਜ਼ਮਾਈ ਨਹੀਂ ਕੀਤੀ ਜਿਵੇਂ ਕਹਾਣੀ ਨਾਵਲ ਨਾਟਕ ਖੋਜ ਪੱਤਰ ਆਦਿ ਇਹ ਦੱਸੋ ਵੀ ਇਹਨਾਂ ਸਾਰੇ ਸਾਹਿਤਕ ਰੂਪਾਂ ਵਿੱਚੋਂ ਤੁਹਾਡਾ ਸਭ ਤੋਂ ਪਿਆਰਾ ਮਨ ਪਾਉਂਦਾ ਸਾਹਿਤ ਰੂਪ ਕਿਹੜਾ ਚੌਹਾਨ ਸਾਹਿਬ ਮੈਂ ਵੀ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਪੰਜਾਬ ਦਰਸ਼ਨ ਦੇ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਕੇ ਮੇਰੇ ਵਿਚਾਰ ਉਹਨਾਂ ਤੱਕ ਪਹੁੰਚਾਉਣ ਦਾ ਮੈਨੂੰ ਮੌਕਾ ਦਿੱਤਾ ਹੈ ਤੁਸੀਂ ਮੇਰੇ ਤੋਂ ਸਵਾਲ ਕੀਤਾ ਹੈ ਕਿ ਮੈਂ ਕਹਾਣੀਆਂ ਵੀ ਲਿਖੀਆਂ ਹਨ ਨਾਵਲ ਵੀ ਲਿਖੇ ਹਨ ਡਰਾਮੇ ਵੀ ਲਿਖੇ ਹਨ ਖੋਜ ਪੱਤਰ ਵੀ ਲਿਖੇ ਹਨ ਤੇ ਰੇਖਾ ਚਿੱਤਰ ਲਿਖੇ ਹਨ ਇਸ ਤੋਂ ਇਲਾਵਾ ਹੋਰ ਮੈਂ ਟ੍ਰਾਂਸਲੇਸ਼ਨ ਵੀ ਕੀਤੇ ਹਨ ਤੇ ਇਸ ਸਵਾਲ ਦਾ ਜਵਾਬ ਦੇਣਾ ਕਿ ਮੈਂ ਆਪਣੇ ਸਾਹਿਤ ਦੇ ਕਿਹੜੇ ਰੂਪ ਰਾਹੀਂ ਲੋਕਾਂ ਦੇ ਬਹੁਤ ਨੇੜੇ ਹਾਂ ਇਸ ਸਵਾਲ ਦਾ ਜਵਾਬ ਦੇਣਾ ਮੇਰੇ ਲਈ ਕਾਫ਼ੀ ਔਖਾ ਹੈ ਇਹ ਸਵਾਲ ਇਸ ਤਰ੍ਹਾਂ ਹੈ ਜਿਵੇਂ ਕੋਈ ਕਿਸੇ ਮਾਂ ਨੂੰ ਪੁੱਛੇ ਵੀ ਤੇਰਾ ਕਿਹੜਾ ਪੁੱਤਰ ਤੈਨੂੰ ਸਭ ਤੋਂ ਚੰਗਾ ਲੱਗਦਾ ਹੈ ਪਰ ਫਿਰ ਵੀ ਮੈਂ ਸਮਝਦਾ ਹਾਂ ਕਿ ਮੈਂ ਆਪਣੀਆਂ ਲਿਖਤਾਂ ਵਿੱਚੋਂ ਕਹਾਣੀਆਂ ਰਾਹੀਂ ਲੋਕਾਂ ਦੇ ਬਹੁਤਾ ਨੇੜੇ ਹਾਂ ਮੇਰੀਆਂ ਕਹਾਣੀਆਂ ਪੰਜਾਬ ਵਿੱਚ ਜਾਂ ਪੰਜਾਬ ਤੋਂ ਬਾਹਰ ਹੋਰਨਾਂ ਦੇਸ਼ਾਂ ਵਿੱਚ ਬੜੇ ਚਾਅ ਨਾਲ ਲੇਖਕਾਂ ਪਾਠਕਾਂ ਆਲੋਚਕਾਂ ਸਾਰੇ ਵੱਲੋਂ ਪੜ੍ਹੀਆਂ ਮਾਣੀਆਂ ਸਲਾਹੀਆਂ ਗਈਆਂ ਹਨ ਤੇ ਲਿਖਣਾ ਵੀ ਸ਼ਾਇਦ ਕਹਾਣੀ ਤੋਂ ਸ਼ੁਰੂ ਕੀਤਾ ਹਾਂ ਮੈਂ ਸਭ ਤੋਂ ਪਹਿਲਾਂ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਸੀ ਤੇ ਜਦੋਂ ਮੈਂ ਸਟੂਡੈਂਟ ਸਾਂ ਮਤਲਬ ਮੈਂ 10ਵੀਂ 11ਵੀਂ ਵਿੱਚ ਪੜ੍ਹਦਾ ਸਾਂ ਜਦੋਂ ਮੇਰੀਆਂ ਕਹਾਣੀਆਂ ਪੰਜਾਬੀ ਦੇ ਪ੍ਰਸਿੱਧ ਰਸਾਲਾ ਅਖਬਾਰਾਂ ਵਿੱਚ ਛਪਣੀਆਂ ਸ਼ੁਰੂ ਹੋ ਗਈਆਂ ਸਨ ਪਹਿਲਾ ਕਹਾਣੀ ਸੰਗ੍ਰਹਿ ਕਿਹੜਾ ਮੇਰਾ ਪਹਿਲਾ ਕਹਾਣੀ ਸੰਗ੍ਰਹਿ 1959 ਵਿੱਚ ਪ੍ਰੋਫੈਸਰ ਮੋਹਨ ਸਿੰਘ ਨੇ ਛਾਪਿਆ ਸੀ ਉਸਦਾ ਨਾਂ ਹੈ ਮਸਾਲੇ ਵਾਲਾ ਕੋੜਾ ਨਾਂ ਤਾਂ ਇਸ ਤਰ੍ਹਾਂ ਲੱਗੇਗਾ ਜਿਵੇਂ ਕੋਈ ਬੱਚਿਆਂ ਦੀ ਕਿਤਾਬ ਹੈ ਪਰ ਇਹ ਇੱਕ ਉਸ ਬੁੱਢੇ ਕਿਸਾਨ ਦੀ ਕਹਾਣੀ ਹੈ ਜਿਸ ਨੇ 70-75 ਸਾਲ ਦੀ ਉਮਰ ਵਿੱਚ ਵੀ ਖੇਤਾਂ ਵਿੱਚ ਜਾ ਕੇ ਕਣਕ ਵੱਢਣੀ ਪੈਂਦੀ ਹੈ ਤੇ ਬੜੀ ਕੜਕੜੀ ਧੁੱਪ ਵਿੱਚ ਉਸ ਨੂੰ ਖਾਲ ਖਾਲਣੇ ਤੇ ਗੋਡੀਆਂ ਕਰਨੀਆਂ ਪੈਂਦੀਆਂ ਹਨ ਇਸ ਕਹਾਣੀ ਵਿੱਚ ਮੈਂ ਪੰਜਾਬ ਦੇ ਉਸ ਦੁੱਖ ਦੇ ਕਿਸਾਨ ਵਰਗ ਦੇ ਲੋਕਾਂ ਦੀ ਗੱਲ ਕੀਤੀ ਹੈ ਜਿੱਥੇ ਉਹ ਲੋਕ ਇਕਨੋਮਿਕਲੀ ਜਾਂ ਵਿੱਤੀ ਤੌਰ ਤੇ ਅਜੇ ਵੀ ਸੇਫ ਨਹੀਂ ਹਨ ਮਹਿਫੂਜ਼ ਨਹੀਂ ਹਨ ਜੀਜਾ ਜੀ ਕਿਉਂਕਿ ਇੱਕ ਸਟਾਇਰ ਸੀ ਉਹਦੇ ਵਿੱਚ ਜਿਹੜੇ ਮਾਡਰਨ ਰੋਮਾਂਸ ਤੇ ਨੈਚੁਰਲੀ ਰੋਮਾਂਸ ਦੀ ਜਦੋਂ ਕੋਈ ਗੱਲ ਕਰੋ ਤਾਂ ਲੋਕੀ ਇਸ ਨੂੰ ਪੜ੍ਹਦੇ ਜ਼ਿਆਦਾ ਹਨ ਜਦਕਿ ਮੈਂ ਇਸ ਨਾਵਲ ਦਾ ਨਾਂ ਬਦਲਵਾਈ ਰੱਖਿਆ ਸੀ ਪਰ ਪਬਲਿਸ਼ਰ ਨੇ ਇਸ ਦਾ ਨਾਂ ਇਸ ਲਈ ਰੱਖ ਦਿੱਤਾ ਵੀ ਲੋਕੀ ਇਸ ਨੂੰ ਬਹੁਤ ਖਰੀਦਣਗੇ ਪੜ੍ਹਨਗੇ ਔਰ ਇਹ ਗੱਲ ਸੱਚ ਵੀ ਹੋਈ ਲੋਕਾਂ ਦਾ ਟੇਸਟ ਤੇ ਕਈ ਦਫ਼ਾ ਸਾਹਿਤਕਾਰ ਦਾ ਜਾਂ ਜਿਹੜੇ ਗੰਭੀਰ ਪਾਠਕ ਨੇ ਉਹ ਥੋੜ੍ਹਾ ਇੱਕ ਦੂਜੇ ਨਾਲੋਂ ਵੱਖਰਾ ਹੋ ਜਾਂਦਾ ਹੈ ਕੁਝ ਨਵੇਂ ਨਾਵਲ ਵੀ ਪ੍ਰਕਾਸ਼ਿਤ ਹੋ ਰਹੇ ਤੁਹਾਡੇ ਮੈਂ ਇਹਨਾਂ ਪਿਛਲੇ ਸਾਲ ਇੱਕ ਨਵਾਂ ਨਾਵਲ ਲਿਖਿਆ ਸੀ ਇੱਕ ਫੁੱਲ ਮੇਰਾ ਵੀ ਔਰ ਇੱਕ ਨਾਵਲ ਮੈਂ ਕੈਨੇਡਾ ਦੀ ਜ਼ਿੰਦਗੀ ਬਾਰੇ ਜਾਂ ਉਹ ਲੋਕ ਜਿਹੜੇ ਪੰਜਾਬ ਵਿੱਚੋਂ ਜਾਂ ਹੋਰਨਾਂ ਥਾਵਾਂ ਤੋਂ ਆ ਕੇ ਕੈਨੇਡਾ ਜਾਂ ਬਾਹਰਲੇ ਮੁਲਕਾਂ 'ਚ ਵੱਸੇ ਹਨ ਤੇ ਜਿਨ੍ਹਾਂ ਦੀ ਬੋਲੀ ਤੇ ਸੱਭਿਆਚਾਰ ਦੀ ਸਾਂਝ ਉਹਨਾਂ ਦੇ ਮਨਾਂ ਅੰਦਰ ਇੱਕ ਪੀੜ ਦਾ ਬੜਾ ਖੁੱਲ੍ਹਾ ਜਿਹਾ ਅਹਿਸਾਸ ਲੈ ਕੇ ਜਿਹੜੀ ਕਈ ਦਫ਼ਾ ਪੀੜ ਨੂੰ ਖੁਦ ਵੀ ਨਹੀਂ ਸਮਝਦੇ ਹੁੰਦੇ ਤੇ ਉਹ ਅਹਿਸਾਸ ਪੈਦਾ ਕਰਦੀ ਹੈ ਉਸ ਪੀੜ ਨੂੰ ਪਕੜ ਕੇ ਮੈਂ ਇੱਕ ਨਾਵਲ ਪੀੜਾਂ ਦਾ ਕੀ ਕਰੀਏ ਜਾਂ ਕੋਈ ਸ਼ਾਇਦ ਹੋਰ ਵੀ ਨਾਮ ਹੈ ਇਸਦਾ ਪੀੜ ਸਹਿਣੀ ਪਵੇਗੀ ਪੀੜ ਹੋ ਸਕਦਾ ਮੈਂ ਸਹਿ ਚੁੱਕਾ ਹੋਵਾਂ ਤੇ ਫਿਰ ਵੀ ਮੈਂ ਸਮਝਾਂਗਾ ਵੀ ਮੈਂ ਦੇਸ਼ਾਂ ਵਿਦੇਸ਼ਾਂ ਦੇ ਵਾਸਤੇ ਆਪਣੇ ਜਿਹੜੇ ਪੰਜਾਬੀ ਪਾਠਕ ਤੇ ਪੰਜਾਬੀ ਲੋਕ ਹਨ ਉਹਨਾਂ ਦੇ ਮਨਾਂ ਵਿੱਚ ਉਤਰਨ ਦੀ ਇੱਕ ਥੋੜ੍ਹੀ ਜਿਹੀ ਕੋਸ਼ਿਸ਼ ਕੀਤੀ ਹੈ ਤੁਹਾਡਾ ਜਿਹੜਾ ਦੂਸਰਾ ਚਿੱਤਰ ਲੇਖਕ ਤੋਂ ਬਾਅਦ ਸਾਕਾਰ ਹੁੰਦਾ ਉਹ ਇੱਕ ਹੈ ਇੱਕ ਅਧਿਆਪਕ ਦਾ ਜੀ ਜਾਂ ਇੱਕ ਸਰਕਾਰੀ ਅਫਸਰ ਦਾ ਜੀ ਮੇਰੇ ਖਿਆਲ ਤੁਸੀਂ ਗੁਰੂ ਨਾਨਕ ਯੂਨੀਵਰਸਿਟੀ ਦੇ ਵਿੱਚ ਮੈਂ ਉੱਥੇ ਖੋਜ ਵੀ ਕੀਤੀ ਔਰ ਉੱਥੇ ਰਿਹਾ ਹਾਂ ਔਰ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਹਾਂਜੀ ਤੁਸੀਂ PRO ਰਹੇ ਹੋ ਜੀ ਤੋ ਇਹਦੇ ਦੌਰਾਨ ਤੁਹਾਡਾ ਜ਼ਰੂਰ ਪੰਜਾਬੀ ਬੋਲੀ ਨਾਲ ਵਾਹ ਰਿਹਾ ਠੀਕ ਹੈ ਵੀ ਪੰਜਾਬੀ ਰਹੇ ਹੋ ਹਾਂਜੀ ਸਾਹਿਤਕਾਰ ਵੀ ਪੰਜਾਬੀ ਦੇ ਹੋ ਜੀ ਜੀ ਤੇ ਸਰਕਾਰੀ ਪੱਧਰ ਤੇ ਵੀ ਪੰਜਾਬੀ ਦੇ ਨਾਲ ਤੁਹਾਡਾ ਵਾਹ ਰਿਹਾ ਠੀਕ ਹੈ ਜੀ ਇਹ ਦੱਸੋ ਵੀ ਹੁਣ ਤੱਕ ਉੱਥੇ ਪੰਜਾਬੀ ਬੋਲੀ ਦੀ ਕੀ ਸਥਿਤੀ ਹੈ ਕਿੰਨੀ ਪ੍ਰਗਤੀ ਹੋਈ ਹੈ ਪੰਜਾਬੀ ਬੋਲੀ ਦੀ ਸਥਿਤੀ ਬੜੀ ਹੀ ਆਸ਼ਾਜਨਕ ਹੈ ਹੁਣ ਤੱਕ ਦੇਖੋ ਜੰਮੂ ਕਸ਼ਮੀਰ ਦਿੱਲੀ ਪੰਜਾਬ ਦੀਆਂ ਯੂਨੀਵਰਸਿਟੀਆਂ ਸਭ ਜਗ੍ਹਾ ਐਮਏ ਪੰਜਾਬੀ ਇਸ ਤੋਂ ਇਲਾਵਾ ਖੋਜ ਦੇ ਵਿਦਿਆਰਥੀ PhD ਕਰ ਰਹੇ ਹਨ ਜਿਹੜੇ ਤੇ ਥਾਂ ਥਾਂ ਪੰਜਾਬੀ ਦੇ ਨਾਂ ਤੇ ਚੇਅਰਸ ਕਹਿਣ ਹੋਈਆਂ ਗੁਰੂ ਨਾਨਕ ਯੂਨੀਵਰਸਿਟੀ ਵਿੱਚ ਚੇਅਰਸ ਕਹਿਣ ਹੋਈ ਹੈ ਇੱਥੇ ਗੁਰੂ ਨਾਨਕ ਪੰਜਾਬ ਯੂਨੀਵਰਸਿਟੀ 'ਚ ਚੇਅਰਸ ਕਹਿਣ ਹੋਈਆਂ ਹਨ ਇਹ ਸਾਰੀਆਂ ਪੰਜਾਬੀ ਦੇ ਜਿਹੜੇ
ਸਕੂਲ ਹਨ, ਪੰਜਾਬੀ ਸਕੂਲ ਆਫ ਸਟੱਡੀਜ਼, ਇਸ ਵਿੱਚ ਖੋਜ ਕਰਨ ਦਾ ਵੀ ਚੰਗਾ ਸਾਧਨ ਹੋਰ ਕਿਤੇ ਵੀ ਦੁਨੀਆਂ 'ਚ ਨਹੀਂ ਲੱਭਦਾ। ਇਹ ਤੁਹਾਨੂੰ ਮੈਂ ਇੱਕ ਖੁਸ਼ੀ ਦੀ ਗੱਲ ਦੱਸਾਂ ਕਿ ਰੂਸ ਵਿੱਚੋਂ ਮੈਨੂੰ ਕੁਝ ਵਿਦਿਆਰਥੀ ਮਿਲੇ ਜਿਹੜੇ ਪੰਜਾਬੀ ਵਿੱਚ ਬਾਬਾ ਫਰੀਦ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਖੋਜ ਕਰ ਰਹੇ ਹਨ। ਇਸੇ ਤਰ੍ਹਾਂ ਉੱਥੋਂ ਦੀ ਯੂਨੀਵਰਸਿਟੀ ਦੀ ਮੈਂ ਦੇਖਿਆ, ਲਾਹੌਰ ਵੀ ਪੰਜਾਬੀ ਵਿੱਚ ਖੋਜ ਹੋ ਰਹੀ ਹੈ, ਜੰਮੂ ਯੂਨੀਵਰਸਿਟੀ ਹੋ ਰਹੀ ਹੈ, ਦਿੱਲੀ ਹੋ ਰਹੀ ਹੈ, ਅਤੇ ਇਸ ਤੋਂ ਇਲਾਵਾ ਪਹਿਲੀ ਤੋਂ ਲੈ ਕੇ ਗਿਆਰਵੀਂ ਜਾਂ ਦਸਵੀਂ ਜਮਾਤ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੀ ਪੰਜਾਬੀ ਲਾਜ਼ਮੀ ਹੈ। ਹਰ ਪੱਧਰ 'ਤੇ ਹਰ ਜਮਾਤ ਵਿੱਚ ਪੰਜਾਬੀ ਜੋ ਪਾਸ ਹੋਣਾ ਲਾਜ਼ਮੀ ਹੈ। ਜਿਹੜਾ ਬੱਚਾ ਜਾਂ ਵਿਦਿਆਰਥੀ ਪੰਜਾਬੀ 'ਚੋਂ ਪਾਸ ਨਹੀਂ ਹੈ, ਉਸ ਨੂੰ ਪਾਸ ਹੋਣ ਦਾ ਸਰਟੀਫਿਕੇਟ ਹੀ ਨਹੀਂ ਦਿੱਤਾ ਜਾਂਦਾ। ਇਹ ਇੱਕ ਉਤਸ਼ਾਹ ਵਾਲੀ ਗੱਲ ਹੈ ਕਿ ਪੰਜਾਬੀ ਉੱਥੋਂ ਦੀ ਇੱਕ ਕੰਪਲਸਰੀ ਜ਼ਬਾਨ ਹੈ। ਅਤੇ ਇੱਥੇ ਮੈਂ ਇਹ ਗੱਲ ਦਿਖਾਉਣਾ ਚਾਹਾਂਗਾ ਕਿ ਮੈਨੂੰ ਬੱਚਾ ਨੇ ਵੀ ਕੈਨੇਡਾ ਵਿੱਚ ਵੀ, ਜਦਕਿ ਬਹੁਤ ਹੀ ਪੰਜਾਬੀ ਆਵਾਸੀ ਹਨ, ਅਤੇ ਇੱਥੇ ਵੀ ਪੰਜਾਬੀ ਵਾਸਤੇ ਉਹੋ ਜਿਹੇ ਯਤਨ ਹੋਣੇ ਚਾਹੀਦੇ ਹਨ ਜਿਹੋ ਜਿਹੇ ਯਤਨ ਸਾਡੇ ਉੱਧਰ ਪੰਜਾਬ ਵਿੱਚ ਹੋਏ ਹਨ। ਨਹੀਂ ਤਾਂ ਲੋਕ ਜੇ ਆਪਣੇ ਭਾਸ਼ਾ ਨਾਲ ਟੁੱਟ ਜਾਣਗੇ ਤਾਂ ਫਿਰ ਆਪਣੇ ਸੱਭਿਆਚਾਰ ਨਾਲ ਟੁੱਟ ਜਾਣਗੇ, ਅਤੇ ਇੱਕ ਦਿਖਾਂਤ ਹੈ ਜੋ ਅਗਲੀਆਂ ਪੀੜ੍ਹੀਆਂ ਵਾਸਤੇ ਮੁਸ਼ਕਲ ਹੋ ਜਾਏਗਾ। ਮੈਂ ਬਹੁਤ ਸੰਤੁਸ਼ਟ ਨਹੀਂ ਇਸ ਜਵਾਬ ਤੋਂ, ਕਿਉਂਕਿ ਕਾਰਨ ਇਹ ਵੇ ਕਿ ਖੋਜ ਦੀ ਪੱਧਰ 'ਤੇ ਜਾਂ ਸਾਡੇ ਅਕੈਡੈਮਿਕ ਅਦਾਰੇ ਜਿਹੜੇ ਹਨ ਜੋ ਕੁਝ ਉਨਤੀਕਰਨ ਵੀ ਇਹ ਜ਼ਰੂਰੀ ਜ਼ਰੂਰ ਹੈ, ਪਰ ਗੱਲ ਇਹ ਵੀ ਜਨ ਸਧਾਰਨ ਦੇ ਵਿੱਚ ਪੰਜਾਬੀ ਭਾਸ਼ਾ ਬਾਰੇ ਚੇਤਨਾ, ਪੰਜਾਬੀ ਭਾਸ਼ਾ ਬਾਰੇ ਕੋਈ ਗੌਰਵ, ਪੰਜਾਬੀ ਦੇ ਬਾਰੇ ਕੋਈ ਆਮ ਮੂਵਮੈਂਟ ਕੋਈ ਇਹੋ ਜਿਹੀ ਹੋਵੇ ਜਿੱਥੋਂ ਇੱਕ ਬੜਾ ਵਿਜ਼ੀਬਲ ਤਰੀਕੇ ਨਾਲ ਪਤਾ ਲੱਗ ਸਕੇ ਕਿ ਪੰਜਾਬੀ ਭਾਸ਼ਾ ਦੀ ਬਹੁਤ ਤਰੱਕੀ ਹੋਈ। ਮੇਰਾ ਖਿਆਲ ਹੈ ਵੀ ਪੰਜਾਬੀ ਹਰ ਘਰ ਵਿੱਚ, ਰੇਡੀਓ ਜਾਂ ਹੋਰ ਜਿੰਨੇ ਵੀ ਫਿਲਮਾਂ ਵੀ ਅੱਛੀਆਂ ਪੰਜਾਬੀ ਦੀਆਂ ਆਈਆਂ ਹਨ, ਉਸ ਨਾਲ ਪੰਜਾਬੀ ਦੀ ਵੋਕੈਬਲਰੀ ਘਰਾਂ ਘਰਾਂ 'ਚ ਹੀ ਉੱਚੀ ਹੋ ਗਈ ਹੈ। ਉਹ ਲੋਕ ਜਿਹੜੇ ਪਿੰਡਾਂ 'ਚ ਰਹਿੰਦੇ ਸੀ ਉਹਨਾਂ ਦੀ ਪੰਜਾਬੀ ਅੱਜ ਤੋਂ 20 ਸਾਲ ਪਹਿਲਾਂ ਦੀ ਸੁਣੋ ਤਾਂ ਆਉਂਦੀ ਸੁਣੋ, ਕਿਉਂਕਿ ਇੱਕ ਪਿੰਡ 'ਚ ਜਦੋਂ ਇੱਕ ਟਿਊਬਵੈਲ ਚਲਾ ਜਾਂਦਾ ਹੈ ਜਾਂ ਕੋਈ ਮੋਟਰ ਗੱਡੀ ਚਲੀ ਜਾਂਦੀ ਹੈ, ਬਿਜਲੀ ਚਲੀ ਜਾਂਦੀ ਹੈ, ਤਾਂ ਕਮ ਸੇ ਕਮ 40-50 ਸ਼ਬਦ ਨਵੇਂ ਉਸ ਬੋਲੀ ਦੇ ਨਾਲ ਚਲੇ ਜਾਂਦੇ ਹਨ, ਔਰ ਸਾਡੀ ਪੰਜਾਬੀ ਬੋਲੀ ਦਿਨੋ ਦਿਨ ਅਹੀ ਰਹਿੰਦੀ ਜਾ ਰਹੀ ਹੈ। ਮੈਂ ਪੰਜਾਬੀ ਦੀ ਉੱਨਤੀ ਬਾਰੇ ਖੁਸ਼ ਹਾਂ, ਯਾਨੀ ਮੈਂ ਪ੍ਰਸ਼ਨ ਸਪਸ਼ਟ ਨਹੀਂ ਕਰਦਾ, ਨਹੀਂ ਹੋ ਸਕਦਾ ਐਸੀ ਗੱਲ ਹੋਵੇ ਕਿ ਤੁਸੀਂ ਜਿਹੜਾ ਸਾਡੇ ਜਨ ਸਧਾਰਨ ਦਾ ਪੰਜਾਬੀ ਪੜ੍ਹਨ ਦਾ ਔਰ ਪੰਜਾਬੀ ਦੇ ਬਾਰੇ ਪੰਜਾਬੀ ਮਾਧਿਅਮ ਦੇ ਵਿੱਚ ਜਿਹੜੀਆਂ ਉਹਨਾਂ ਨੇ ਸਿੱਖਿਆ ਪ੍ਰਾਪਤ ਕੀਤੀ ਹੈ ਉਹ ਕਿੰਨਾ ਕੁ ਉੱਚਾ ਗਿਆ, ਤਾਂ ਕਿ ਉਹਨਾਂ ਦਾ ਲਾਈਫ ਸਟਾਈਲ, ਉਹਨਾਂ ਦਾ ਚਿੰਤਨ, ਉਹਨਾਂ ਦਾ ਜੀਵਨ ਜਾਂਚ ਦੇ ਵਿੱਚ ਪੰਜਾਬੀ ਜਿਹੜੀ ਹੈ ਇੱਕ ਉਪਰੀ ਨਾ ਰਹੇ, ਉਹ ਕਰ ਜਾਵੇ ਕਿ ਅਜਿਹਾ ਯਤਨ ਜਾਂ ਅਜਿਹੀ ਕੁਛ ਅਜਿਹਾ ਯਤਨ। ਆਪਣੇ ਚੌਹਾਨ ਸਾਹਿਬ, ਪਹਿਲੀ ਗੱਲ ਸੀ ਵੀ ਬੁਨਿਆਦੀ ਤੌਰ 'ਤੇ ਇਸ ਵੇਲੇ ਕੋਈ ਵੀ ਬੱਚਾ ਜਿਹੜਾ ਇਸ ਵੇਲੇ 13-14 ਸਾਲ ਦਾ ਪੰਜਾਬ 'ਚ ਵਾਣੀ ਪੜ੍ਹਨੀ ਹੈ ਔਰ ਉਹਨੂੰ ਪੰਜਾਬੀ ਤਾਂ ਜ਼ਰੂਰ ਆਉਂਦੀ ਹੈ, ਹੋਰ ਭਾਸ਼ਾ ਉਸਨੂੰ ਸ਼ਾਇਦ ਕੋਈ ਆਉਂਦੀ ਹੋਵੇ ਜਾਂ ਨਾ ਆਉਂਦੀ ਹੋਵੇ, ਮੇਰਾ ਮਤਲਬ ਹਿੰਦੀ ਜਾਂ ਅੰਗਰੇਜ਼ੀ ਤੋਂ ਹੈ। ਅਤੇ ਜਿਹੜਾ ਬੱਚਾ ਪੰਜਾਬੀ ਪੜ੍ਹੇਗਾ ਤਾਂ ਜ਼ਰੂਰੀ ਤੌਰ 'ਤੇ ਉਹਦੀ ਵੋਕੈਬਲਰੀ ਵੀ ਵਧੇਗੀ, ਜ਼ਰੂਰੀ ਤੌਰ 'ਤੇ ਉਹ ਸਾਹਿਤਕ ਜਾਂ ਦੂਸਰੀਆਂ ਕਿਤਾਬਾਂ ਨਹੀਂ ਉਹ ਪੜ੍ਹੇਗਾ, ਅਤੇ ਹਰ ਹਾਲਤ ਵਿੱਚ ਹੀ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਦੀ ਉੱਨਤੀ ਦੇ ਨਾਲ ਪੰਜਾਬੀ ਬੋਲੀ ਬੋਲਣ ਵਾਲੇ ਲੋਕਾਂ ਦਾ ਕਿਰਦਾਰ ਵੀ ਉੱਚਾ ਹੋਵੇਗਾ। ਸਰਕਾਰੀ ਤੌਰ 'ਤੇ ਪੰਜਾਬੀ ਭਾਸ਼ਾ ਨੂੰ ਉੱਨਤ ਕਰਨ ਵਾਸਤੇ ਕੀ ਵਿਸ਼ੇਸ਼ ਯਤਨ ਕੀਤੇ ਗਏ? ਸਰਕਾਰੀ ਤੌਰ 'ਤੇ ਹਰ ਦਫ਼ਤਰ ਦੇ ਵਿੱਚ ਪੰਜਾਬੀ ਵਿੱਚ ਹੀ ਕੰਮ ਹੁੰਦਾ ਹੈ, ਅੰਗਰੇਜ਼ੀ 'ਚ ਸਿਵਾਏ ਜਦੋਂ ਸੈਂਟਰਲ ਗਵਰਨਮੈਂਟ ਨਾਲ ਕੋਈ ਗੱਲਬਾਤ ਜਿੱਥੇ ਵੀ ਪੰਜਾਬੀ ਨਹੀਂ ਜਾਣਦੇ ਤੇ ਉਹ ਸਰਕਾਰੀ ਪੱਧਰ 'ਤੇ ਉੱਥੇ ਖਦੋ ਕਿਤਾਬਤ ਅੰਗਰੇਜ਼ੀ 'ਚ ਹੁੰਦੀ ਹੈ। ਬਾਕੀ ਪੰਜਾਬੀ ਦੀਆਂ ਲੱਖਾਂ ਕਰੋੜਾਂ ਕਿਤਾਬਾਂ ਹਰ ਸਕੂਲ ਵਿੱਚ, ਪਿੰਡਾਂ 'ਚ, ਹਰ ਥਾਂ ਲਾਇਬ੍ਰੇਰੀਆਂ 'ਚ ਜਾ ਰਹੀਆਂ ਹਨ। ਪੰਜਾਬੀ ਭਾਸ਼ਾ ਬਾਗ ਹੈ, ਇਸ ਤੋਂ ਇਲਾਵਾ ਯੂਨੀਵਰਸਿਟੀਆਂ ਹਨ, ਪੰਜਾਬੀ ਦੇ ਅਚੇਚੇ ਉੱਥੇ ਸੈੱਲ ਕਾਇਮ ਕੀਤੇ ਗਏ ਹਨ। ਸਾਡੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਿੱਚ ਵੀ ਪੰਜਾਬੀ ਸੈੱਲ ਹੈ। ਪੰਜਾਬੀ ਦੀ ਉੱਨਤੀ ਉਵੇਂ ਹੋ ਰਹੀ ਹੈ ਜਿਸ ਤਰ੍ਹਾਂ ਕਈ ਵਾਰਾਂ ਅੰਗਰੇਜ਼ੀ ਰੀਜਨਲ ਇੰਸਟੀਚਿਊਟ ਬਣੇ ਨੇ ਜਾਂ ਹਿੰਦੀ ਦੇ ਬਣੇ ਨੇ, ਉਸ ਲੈਵਲ 'ਤੇ ਪੰਜਾਬੀ ਨੇ ਉੱਥੇ ਉੱਨਤੀ ਕੀਤੀ ਹੈ। ਸਵਾਲ ਮੈਂ ਸੁਚੇਤ ਤੌਰ 'ਤੇ ਤੁਹਾਨੂੰ ਕਰਨਾ ਚਾਹੁੰਦਾ, ਕਿਉਂਕਿ ਤੁਸੀਂ ਉੱਥੇ ਇੱਕ ਬੜੇ ਜ਼ਿੰਮੇਵਾਰ ਅਫਸਰ ਰਹੇ ਹੋ। ਮੈਂ ਭਾਰਤ ਗਿਆ ਸਾਂ ਤਾਂ ਉੱਥੋਂ ਦੀਆਂ ਪੰਜਾਬ ਦੀਆਂ ਬੱਸਾਂ ਦੇ ਵਿੱਚ ਕੁਛ ਉਹਨਾਂ ਦੇ ਉਹ ਲਿਖੇ ਹੋਏ ਸਨ ਇੰਸਟਰਕਸ਼ਨਸ, ਜਿਵੇਂ ਆਪਣਾ ਸਮਾਨ ਉਤਾਰੋ ਜਾਂ ਸਵਾਰੀ ਜ਼ਿੰਮੇਵਾਰ ਹੈ, ਉਹਦੇ ਵਿੱਚ ਬਹੁਤ ਸਾਰੇ ਜਿਹੜੇ ਸਪੈਲਿੰਗ ਸਨ ਉਹ ਬੜੇ ਗਲਤ ਸਨ। ਹਾਂ, ਇਸ ਨਾਲ ਮੈਂ ਸਮਝਦਾ ਤੁਹਾਡੇ ਨਾਲ, ਕਿਉਂਕਿ ਇਹ ਜਿਹੜੇ ਵੱਖੋ ਵੱਖਰੇ ਮਹਿਕਮੇ ਹਰ ਮਹਿਕਮੇ ਨੇ ਆਪਣੇ ਠੇਕੇ ਦੇ ਉੱਤੇ ਜਾਂ ਆਰਟਿਸਟਾਂ ਤੋਂ ਲਿਖਵਾਏ ਹੁੰਦੇ ਨੇ। ਸਰਕਾਰ ਦੇ ਨੋਟਿਸ ਚ ਲੈਂਦਾ ਜਾਂਦਾ, ਪਰ ਕਈ ਦਫ਼ਾ ਸਰਕਾਰ ਦੇ ਅਫਸਰ ਬੜੇ ਡਿਫੈਂਡ ਕਰਦੇ ਹੁੰਦੇ ਨੇ, ਅਫਸਰ ਦਾ ਨਹੀਂ ਵਜ਼ੀਰ ਕਹਿ ਸਕਦੇ ਹੋ। ਮੈਂ ਇਸ ਨਾਲ ਸਹਿਮਤ ਹਾਂ ਤੁਹਾਡੇ ਸਵਾਲ ਨਾਲ, ਬਲਕਿ ਜੇ ਸਟੇਸ਼ਨਾਂ ਦੇ ਨਾਮ ਹੀ ਗਲਤ ਨੰਬਰ ਸਟੇਸ਼ਨ ਸੈਂਟਰ ਗਵਰਨਮੈਂਟ ਦੇ ਆਉਂਦੇ ਨੇ ਅੰਡਰ, ਪਤਾ ਜ਼ਰੂਰ ਲੱਗਦਾ ਕਿ ਭਾਸ਼ਾ ਨੇ ਵਿਕਾਸ ਕਿੰਨਾ ਕੀਤਾ। ਮੈਂ ਨਹੀਂ ਕਹਿ ਸਕਦਾ ਤੁਸੀਂ ਸਟਾਇਲ 'ਚ ਗੱਲ ਕਰ ਰਹੇ ਹੋ, ਪਰ ਫਿਰ ਵੀ ਭਾਸ਼ਾ ਦਾ ਮੇਰਾ ਭਾਵ ਪੜ੍ਹ ਤੇ ਸਕਦੇ ਨਾ ਵੀ ਇੱਕ ਮੈਨੇ ਹਿੰਦੀ 'ਚ ਲਿਖਿਆ, ਇੱਕ ਮੈਨੇ ਪੰਜਾਬੀ ਵਿੱਚ ਲਿਖਿਆ ਹੈ। ਇਹ ਗੱਲ ਨਿਰਾਸ਼ ਹੋਣ ਵਾਲੀ ਚੌਹਾਨ ਸਾਹਿਬ ਨਹੀਂ ਹੈ। ਤੀਸਰਾ ਮੇਰਾ ਪ੍ਰਸ਼ਨ ਹੈ ਕਿ ਉਹ ਪੰਜਾਬੀ ਦੇ ਵਿੱਚ ਸਿਕੰਦਰ ਬਹੁਤ ਪ੍ਰਗਤੀ ਹੋਈ ਹੈ, ਜੇ ਅਸੀਂ ਅੱਜ ਤੋਂ ਕੁਝ ਸੈਂਚਰੀ ਪਹਿਲਾਂ ਝਾਤ ਮਾਰੀਏ, 12ਵੀਂ ਸਦੀ ਦੇ ਵਿੱਚ ਬਾਬਾ ਫਰੀਦ, ਭੁੱਲੇ ਸ਼ਾਹ, ਵਾਰਸ, ਇਹਨਾਂ ਨੇ ਬਹੁਤ ਵੱਡੇ ਸ਼ਾਹਕਾਰ ਪੰਜਾਬੀ ਸਾਹਿਤ ਨੂੰ ਪ੍ਰਦਾਨ ਕੀਤੇ ਨੇ, ਤਾਂ ਉਸ ਤੋਂ ਬਾਅਦ ਇਸ ਮਾਡਰਨ ਟਾਈਮ ਦੇ ਵਿੱਚ
कि कोई अजिहा शाहकार होने की साढ़े साहित्यकार समर्था नहीं सन रखते या कोई अजि प्रतिभा अजय पैदा होनी है कारण है कि साढ़े कोई अजिहा शाहकार। सवाल बड़ा दिलचस्प है। तुम सीधे तौर पर कहना चाहते हो कि पंजाबी कोई बड़े अंतरराष्ट्रीय पद्धर का नावल ड्रामा कहानी जी, हाँ, मेरा ही शायद नहीं लिखा गया जी, जी, जी। वैसे पंजाबी विच चौहान साहब बहुत काम होया है, नावल ने भी कहानी ने और बाकी साहित्य रूपों ने काफी उन्नति की है। तो यह भी तुहाडी गल सही है कि एड्डी वड्डी एड्डा वड्डा भूचाल जा नहीं आया या एड्डा वड्डा रौला नहीं पिया भी सारे ही दुनिया विच पता लगे भी पंजाबी जी कहानी या नावल लिखा गया जिन्होंने सारे लोग पढ़ने की कोशिश करन। ये कुछ कारण यह हैं भी साढ़े जिहड़े लेखक हैं वह वित्तीय तौर पर या इकोनॉमिकली इन्ने फ्री नहीं हैं। हर एक का रोटी कमाने का जरा मसला है, कोई नौकरी है, किसी का कोई बिजनेस है, तो इस वास्ते अपना सारा समा कई दफा लिटरेचर पढ़ने लिखने वाल डिवोट नहीं कर सकते। जिस तरह कई अंग्रेजी लेखक करते रहे भावें वो भुखे ही मरे या रोलिंग स्टोन की गल करो या वैन गोग की गल करते हैं कि उसने इन्नी वारस वारस में भी तो इकोनॉमिक प्रॉब्लम होगी, बल्ले शाह भी शायद हो। उस वे दी इकोनॉमिक प्रॉब्लम सन होने नालों काफ़ी फर्क है। उदो जिंदगी इन्नी महंगी नहीं सी जिनी हूँ है। हूँ दिया जड़िया काढ़ा हैं हर कोई चाहता भी मेरे पास सारिया चीज़ा हम ना भी हो तो रोटी हूँ अगे ना जे प्रतिभा के इसका तुलना करिए मतलब महसूस किए हैं कोई ऐसी रचना सामने आवे जिहड़ी पंजाबी जी भी अंतरराष्ट्रीय पद्धर दे उत्ते पहुंच जावे। वैसे कुछ नावल गुरदयाल सिंह दे बड़े चंगे नावल हैं जिस उसने देश वापसी मेरा ख्याल नवतेज दी कहानी कहानी सी भी चंगी कहानी इंटरनेशनल लेवल ते कोई इनाम भी जीतया सी शायद इस तरह ने बलवंत गार्गी दी कहानी 100 मील दौड़ ने भी इंटरनेशनल लेवल ते इनाम जीतया है। चंगिया संतोख सिंह धीर दी कहानियां हैं, होर भी कहानियां चंगी हैं, पर मैं अजे खुद भी इस गल ते इन्ना संतुष्ट नहीं हाँ। जे मैं कह मैं ही कोई ऐसा अच्छा नावल लिखागा तो यह एक अतकथनी वाली गल जी लगती है। वैसे मैं समझा जिम्मे करतल उन्होंने हैदर का नावल अग का दरिया है, इस तरह का कोई नावल पंजाबी भी आए तो पंजाबी सने मेरे सारे सारे लेखकों चुनौती है। जरूर तुहाडा इस सवाल का जवाब छेती आने वाले इलाके। आखिरी सवाल यह है जी के इतने तुम टोरोंटो आए अजे थो दो तीन महीने ही हो। हाँ जी थोड़े तो मैं बहुत ही एडी गंभीर आस ते नहीं करता। हाँ जी कि तुसी इत्थों दी जिहड़ी साहित्यक स्थिति है उन्हूं बड़ा चंगी तरह हाँ जी समझना होएगा, पर जिन्ना कि भी तुसी जान सके हो इत्थों दी जिहड़ी साहित्यक स्थिति है उहदे बारे कुछ तुसी। मैनूं इत्थों दे जिहड़े साहित्यकार हन उन्हां नाल मिलण दा मौका मिलिया है, इत्थों दे अखबार पढ़न दा मौका मिलिया है। तुहाडा अखबार परदेसी पंजाब है, अपने गिल साहब दा अखबार है, इस तों इलावा नवीं धरती है और पंजाबी पत्रकार सां सवेरा है। मैं देखता मैं कोई ना कोई सेवा तो आखिर पंजाबी भी अखबार कर रहे ने, कोई साडा नुकसान नहीं कर रहे। साहित्यकार हम जिहड़े उन्होंने मिलिया हाँ सिकंदर रामूवालिया होर जिहड़े बहुत साहित्यकार मैनूं मिल नहीं सके, तो इत्थे बैठ के आखिर जो उन्होंने द्वंद महसूस किया है कल्चर का उस तो प्रभावित हो के या इत्थों दी जिंदगी ने औकड़ों तो प्रभावित हो के उन्होंने कविताओं का साहित्य का रूप लिखा है, या मैं कुछ देखे हैं कितने मैनूं बलूर से पंजाबी विलेज नाम का एक लिखा हुआ ना देख के बड़ी खुशी हुई कि पंजाब के पिंड में कोई इतने कैनेडा च लिया मैं मुंडा हरजीत उसके मालिक ने बहुत गल नहीं हो सकी, पर मुझे लगता भी जमीन अंदर एक सी कोई यह जी चुभन जी सारू संभावना ने जिमें इतों के लोगों को मैं नहीं समझता भी इकोनॉमिक प्रॉब्लम इन्नी वड्डी है जिनी अजे बाकी देशों या पंजाब च है। तो इतने पंजाब की कल्चर को सामने वास्ते कुछ ना कुछ जरूर करना लोड़ीदा है। मामी साहब यह तो ठीक है, पर जी इकोनॉमिक जो मसले हल होंगे ने इस सोसायटी तो समा घट जाता उदो समय की वेल नहीं साहित्य सृजना वास्ते, तो फुल टाइम पंजाबी की साहित्यक सेवा विदेशों च नहीं हो सकती, अपने तो खैर उत्थे नहीं हो सकती, इतने होर कठिन है। पर चौहान साहब जो कोई कौम जिंदा रहेगी कोई भाषा जिंदा रहेगी तो साहित्य तो है जरा उसमें जिंदा रख सकता है। अज कोई मैं सवाल करे भी मैंने हिंदुस्तान विखाओ तो मैं कहूँगा गोदान नावल मुंशी प्रेमचंद का पढ़ लो तुम हिंदुस्तान वेखोगे। कोई मैंने कहे हिंदुस्तान के 2500 साल विखाओ तो मैं तारीख दिताबा पढ़ने बजाय कहूँगा भी तुम अग का दरिया पढ़ लवो, या जो कोई पंजाब विखाने लगे तो मैं कहूँगा पूर्णवासी नावल पढ़ लवो। साहित्य है जरा किसी भी सभ्यता देश कौम के लोगों रूपमान करके सदियों तक जिंदा रख सकता है। इसलिए सानू अपने भाषा साहित्य सभ्याचार नालों किसी तरह भी
ਵਿਛੜਨਾ ਨਹੀਂ ਚਾਹੀਦਾ। ਤੁਸੀਂ ਅਜੇ ਇੱਥੇ ਟੋਰਾਂਟੋ ਵਿੱਚ ਹੀ ਕਾਫੀ ਦੇਰ ਰਹੋਗੇ? ਸਾਲ ਤੱਕ ਪੈਸਾ ਦਿੱਤਾ ਰਹਾਂ, ਮੈਂ ਇੱਥੋਂ ਬਾਰੇ ਦੇਖਣ ਵਾਸਤੇ ਮੈਂ ਆ ਰਿਹਾ ਹਾਂ ਤਾਂ ਕਿ ਇੱਥੋਂ ਦੇ ਬਦਲਣ ਸਥਿਤੀਆਂ ਇੱਥੋਂ ਦੇ ਜਿਹੜੀਆਂ ਸਮੱਸਿਆਵਾਂ ਉਹਨਾਂ ਬਾਰੇ ਮੈਂ ਦੇਖਣਾ ਚਾਹੁੰਦਾ ਹਾਂ। ਸਾਡੇ ਖਾਸ ਤੌਰ 'ਤੇ ਲੋਕ ਜਿਹੜੇ ਬੁਰਾ ਕੀਤੇ ਵਸੇ ਹਨ ਉਹਨਾਂ ਕਈ ਮੰਗ ਹੁੰਦੀਆਂ ਬਹੁਤ ਸਮੱਸਿਆਵਾਂ ਹਨ ਦੇਸ਼ ਦੀਆਂ ਯਾਦਾਂ ਹੋਣ ਇੱਥੋਂ ਦੇ ਮੁਸ਼ਕਲਾਂ ਉਹਨਾਂ ਨੂੰ ਮੈਂ ਮੁਲਾਕਾਤ ਕਰਕੇ ਸਟੱਡੀ ਕਰਕੇ ਚਾਹੇ ਕਿਸੇ ਯਾਤਰਾ ਦੇ ਵਿੱਚ ਜਾਂ ਕਿਸੇ ਮਾਰਗ ਦੇ ਵਿੱਚ